ਸਤਿ ਸ਼੍ਰੀ ਅਕਾਲ ਜੀ, ਸਾਡੀ ਚੈਨਲ ਪੰਜਾਬੀ ਟੋਟਕੇ ਦੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਪਾਈਸਿਸ ਯਾਨੀ ਕਿ ਮੀਨ ਰਾਸ਼ੀ ਵਾਲਿਆਂ ਦਾ ਸਤੰਬਰ ਦਾ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ, ਪੂਰੇ ਮਹੀਨੇ ਦੀ ਜਾਣਕਾਰੀ, ਤੁਹਾਡੇ ਮਹੀਨੇ ਦੀ ਧਨ ਦੀ ਸਥਿਤੀ, ਪੈਸਿਆਂ ਦੀ ਸਥਿਤੀ, ਜੋਬ, ਕਰੀਅਰ, ਬਿਜ਼ਨਸ, ਲਵ ਰਿਲੇਸ਼ਨਸ਼ਿਪ, ਫੈਮਿਲੀ, ਪਰਿਵਾਰਿਕ ਸਥਿਤੀ, ਸਭ ਦੀ ਜਾਣਕਾਰੀ ਅਸੀਂ ਤੁਹਾਨੂੰ ਵਿਸਤਾਰ ਨਾਲ ਦੇਣ ਵਾਲੇ ਹਾਂ। ਇਹ ਜਾਣਕਾਰੀ ਚੰਦਰ ਰਾਸ਼ੀ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਚੰਦਰ ਰਾਸ਼ੀ ਨਹੀਂ ਪਤਾ ਹੈ ਤਾਂ ਤੁਸੀਂ ਇਸ ਜਾਣਕਾਰੀ ਨੂੰ ਨਾਮ ਤੇ ਲਗਨ ਦੇ ਆਧਾਰ ਤੇ ਵੀ ਦੇਖ ਸਕਦੇ ਹੋ ਜੀ। ਤੇ ਚਲੋ ਜੀ, ਬਿਨਾਂ ਟਾਈਮ ਵੇਸਟ ਕੀਤੇ ਵੀਡੀਓ ਦੇ ਟੌਪਿਕ ਤੇ ਆ ਜਾਂਦੇ ਹਾਂ। ਉਸ ਤੋਂ ਪਹਿਲੇ ਛੋਟੀ ਜਿਹੀ ਰਿਕੁਐਸਟ ਹੈ, ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਚੰਗੀਆਂ ਲੱਗਦੀਆਂ, ਵੀਡੀਓ ਨੂੰ ਲਾਈਕ ਕਰਿਆ ਕਰੋ ਜੀ। ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ, ਸਬਸਕ੍ਰਿਪਸ਼ਨ ਬਿਲਕੁਲ ਫ੍ਰੀ ਹੁੰਦਾ ਹੈ ਜੀ। ਸਿਰਫ ਤੁਹਾਨੂੰ ਸਬਸਕ੍ਰਾਈਬ ਦਾ ਬਟਨ ਦਬਾਉਣਾ ਹੈ, ਉਸ ਦੇ ਨਾਲ ਬੈਲ ਦਾ ਬਟਨ ਹੁੰਦਾ ਹੈ, ਉਹ ਜ਼ਰੂਰ ਦਬਾਇਆ ਕਰੋ ਤਾਂ ਕਿ ਮੇਰੀਆਂ ਹਰ ਵੀਡੀਓਜ਼ ਤੁਹਾਡੇ ਤੱਕ ਪਹੁੰਚਣ। ਕਮੈਂਟ ਵਿੱਚ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ 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 ਪ੍ਰਾਪਤ ਕਰਿਆ ਕਰੋ ਜੀ। ਤੇ ਸਭ ਤੋਂ ਪਹਿਲੇ ਅਸੀਂ ਗੱਲ ਕਰ ਲੈਂਦੇ ਹਾਂ ਮੀਨ ਰਾਸ਼ੀ ਵਾਲਿਆਂ ਦੀ ਸਿਹਤ ਦੇ ਬਾਰੇ ਵਿੱਚ। ਸਿਹਤ ਦੇ ਮਾਮਲੇ ਵਿੱਚ ਸਤੰਬਰ ਦਾ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ ਤਾਂ ਦੇਖੋ ਜੀ, ਰਾਹੂ ਜੋ ਹੈ ਅਨਪ੍ਰੀਡਿਕਟੇਬਲ ਪਲੈਨੈਟ ਹੈ, ਗ੍ਰਹਿ ਹੈ, ਤਾਂ ਉਹ ਤੁਹਾਨੂੰ 10 ਸਤੰਬਰ ਤੋਂ ਲੈ ਕੇ 28 ਸਤੰਬਰ ਦੇ ਵਿੱਚ ਕੋਈ ਤੁਹਾਨੂੰ ਪੈਰਾਂ ਵਿੱਚ ਸੱਟ ਲੱਗ ਸਕਦੀ ਹੈ ਜਾਂ ਕੋਈ ਗੁੰਮ ਚੋਟ ਜੋ ਮੋਚ ਜਿਹਨੂੰ ਕਿਹਾ ਜਾਂਦਾ ਹੈ ਉਹ ਵੀ ਤੁਹਾਡੇ ਪੈਰਾਂ ਵਿੱਚ ਆ ਸਕਦੀ ਹੈ। ਇਸ ਤਰ੍ਹਾਂ ਦਾ ਯੋਗ ਬਣਦਾ ਨਜ਼ਰ ਆ ਰਿਹਾ ਹੈ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਮੀਨ ਰਾਸ਼ੀ ਵਾਲਿਆਂ ਦੀ ਧਨ ਦੀ ਸਥਿਤੀ। ਤਾਂ ਦੇਖੋ ਜੀ, ਮੈਂ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦੇਵਾਂ ਕਿ ਸ਼ਨੀ ਮਹਾਰਾਜ ਤੁਹਾਨੂੰ ਬਹੁਤ ਕੁਝ ਦੇਣ ਵਾਲੇ ਹਨ। ਸਭ ਤੋਂ ਪਹਿਲੇ ਬਹੁਤ ਸਾਰਾ ਧਨ ਲਾਭ ਤੁਹਾਨੂੰ ਨਜ਼ਰ ਆਉਣ ਵਾਲਾ ਹੈ। ਦੂਸਰਾ, ਐਕਸਟਰਾ ਇਨਕਮ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ। ਕੋਈ ਰੁਕਿਆ ਹੋਇਆ ਧਨ ਵੀ ਤੁਹਾਨੂੰ ਅਚਾਨਕ ਮਿਲ ਸਕਦਾ ਹੈ। ਤੁਸੀਂ ਬਸ ਇੰਨਾ ਤੁਸੀਂ ਧਿਆਨ ਵਿੱਚ ਰੱਖੋ, ਸ਼ਨੀ ਮਹਾਰਾਜ ਜਿੰਨਾ ਵੀ ਤੁਹਾਨੂੰ ਧਨ ਦੇਣਗੇ ਨਾ, ਧਨ ਦੇਣ ਵਾਲੇ ਹਨ ਪਰ ਤੁਹਾਨੂੰ ਕਿਸ਼ਤਾਂ ਵਿੱਚ ਧਨ ਦੇਣਗੇ। ਸਮਝ ਲਓ, ਪਹਿਲੀ ਕਿਸ਼ਤ ਵਿੱਚ ਥੋੜਾ ਕਿਧਰੋਂ ਦੀ ਧਨ ਆਏਗਾ, ਅਚਾਨਕ ਧਨ ਆ ਜਾਏਗਾ, ਸਰਕਾਰੀ ਯੋਜਨਾ ਤੋਂ ਧਨ ਆ ਜਾਏਗਾ, ਇਸ ਕਿਸ਼ਤ ਵਿੱਚ ਆਏਗਾ, ਫਿਰ ਅਗਲੀ ਕਿਸ਼ਤ ਵਿੱਚ ਕਿਸੇ ਹੋਰ ਪਾਸੋਂ ਧਨ ਆਏਗਾ। ਜਦੋਂ ਵੀ ਸ਼ਨੀ ਮਹਾਰਾਜ ਧਨ ਦਿੰਦੇ ਹਨ ਤਾਂ ਉਹ ਕਿਸ਼ਤਾਂ ਵਿੱਚ ਹੀ ਦਿੰਦੇ ਹਨ। ਇਸ ਦੇ ਨਾਲ ਨਾਲ ਸ਼ਨੀ ਦੀ ਦ੍ਰਿਸ਼ਟੀ ਦੇ ਕਾਰਨ ਜੇਕਰ ਤੁਹਾਡਾ ਕੋਈ ਕੋਰਟ ਕੇਸ ਮੁਕੱਦਮਾ ਚੱਲ ਰਿਹਾ ਹੈ ਤਾਂ ਉਹ ਤੁਹਾਡੀ ਫਾਈਲ ਜਿਹੜੀ ਹੈ ਅੱਗੇ ਵੱਧ ਜਾਏਗੀ। ਸਤੰਬਰ ਦੇ ਮਹੀਨੇ ਵਿੱਚ ਮੀਨ ਰਾਸ਼ੀ ਵਾਲਿਆਂ ਦਾ ਖਰਚਾ ਵੀ ਹੁੰਦਾ ਨਜ਼ਰ ਆ ਰਿਹਾ ਹੈ। ਕੋਈ ਵੀ ਗੱਡੀ ਦੇ ਉੱਤੇ ਤੁਹਾਡਾ ਖਰਚਾ ਹੋ ਸਕਦਾ ਹੈ ਜਾਂ ਪਰਿਵਾਰ ਫੈਮਿਲੀ ਦੇ ਉੱਤੇ ਵੀ ਤੁਹਾਡਾ ਖਰਚਾ ਹੁੰਦਾ ਨਜ਼ਰ ਆ ਰਿਹਾ ਹੈ। ਇਸ ਦੇ ਯੋਗ ਬਣ ਰਹੇ ਹਨ, ਪੈਸਾ ਵੀ ਆਏਗਾ ਨਾਲ ਦੇ ਨਾਲ ਖਰਚਾ ਵੀ ਹੁੰਦਾ ਨਜ਼ਰ ਆ ਰਿਹਾ ਹੈ। ਹੁਣ ਅਸੀਂ ਮੀਨ ਰਾਸ਼ੀ ਵਾਲਿਆਂ ਦੀ ਪਰਿਵਾਰਿਕ ਸਥਿਤੀ, ਫੈਮਿਲੀ ਦੇ ਬਾਰੇ ਗੱਲ ਕਰ ਲੈਂਦੇ ਹਾਂ। ਤਾਂ ਦੇਖੋ ਜੀ, ਘਰ ਵਿੱਚ ਕੋਈ ਰੈਨੋਵੇਸ਼ਨ ਦਾ ਕੰਮ ਕਰਵਾ ਸਕਦੇ ਹੋ, ਛੋਟਾ ਮੋਟਾ ਕੋਈ ਘਰ ਦੀ ਮੁਰੰਮਤ ਜਾਂ ਕੋਈ ਵੀ ਕੰਮ ਜੋ ਹੈ ਘਰ ਦਾ ਤੁਸੀਂ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਘਰ ਦੇ ਜਿਹੜੇ ਛੋਟੇ ਮੈਂਬਰ ਹਨ ਉਹਨਾਂ ਤੋਂ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਵਾਲੇ ਹੋ। ਛੋਟੇ ਜਿਹੜੇ ਮੈਂਬਰ ਹਨ ਉਹ ਥੋੜਾ ਜਿਹਾ ਆਪਣਾ ਗੁੱਸਾ ਦਿਖਾ ਸਕਦੇ ਹਨ, ਕਹਿ ਸਕਦੇ ਹੋ ਕਿ ਉਤਪਾਤ ਜਿਹਨੂੰ ਕਹਿੰਦੇ ਹਨ ਉਹ ਸਤੰਬਰ ਦੇ ਮਹੀਨੇ ਵਿੱਚ ਮਚਾ ਸਕਦੇ ਹਨ। ਵੈਸੇ ਦੇਖਿਆ ਜਾਵੇ ਤਾਂ ਫੈਮਿਲੀ ਦਾ ਜਿਹੜਾ ਭਾਵ ਹੈ, ਵਪਾਰਿਕ ਸਥਿਤੀ ਤੁਹਾਡੀ ਸਤੰਬਰ ਦੇ ਮਹੀਨੇ ਅੱਛੀ ਹੈ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਮੀਨ ਰਾਸ਼ੀ ਵਾਲਿਆਂ ਦੀ ਸੰਤਾਨ ਦੇ ਬਾਰੇ ਵਿੱਚ। ਛੋਟੀ ਸੰਤਾਨ, ਵੱਡੀ ਸੰਤਾਨ ਦੋਨਾਂ ਦੇ ਬਾਰੇ ਗੱਲ ਕਰਾਂਗੇ। ਤਾਂ ਦੇਖੋ ਜੀ, ਬੁੱਧ ਜੋ ਹੈ ਪੰਚਮ ਸਥਾਨ ਤੇ ਬੈਠੇ ਹਨ ਤਾਂ ਤੁਹਾਨੂੰ ਭਾਵੇਂ ਛੋਟੀ ਸੰਤਾਨ ਹੈ ਜਾਂ ਵੱਡੀ ਸੰਤਾਨ ਹੈ, ਤੁਹਾਨੂੰ ਉਹਨਾਂ ਦੇ ਉੱਤੇ ਧਿਆਨ ਦੇਣਾ ਪਏਗਾ ਸਤੰਬਰ ਦੇ ਮਹੀਨੇ ਵਿੱਚ। ਗੇਮ ਵਿੱਚ ਸੰਤਾਨ ਪਕਸ਼ ਦਾ ਧਿਆਨ ਰਹੇਗਾ, ਮੋਬਾਈਲ ਵਿੱਚ ਧਿਆਨ ਰਹੇਗਾ। ਬਹੁਤ ਜ਼ਿਆਦਾ ਬਹਾਨੇ ਕਹਿ ਸਕਦੇ ਹੋ ਨਾ ਬਣਾਉਣ ਵਾਲੀ ਹੈ, ਕਿਸੇ ਵੀ ਗੱਲ ਤੇ ਤੁਹਾਨੂੰ ਝੂਠ ਬੋਲਣ ਵਾਲੀ ਹੈ, ਇਸ ਤਰ੍ਹਾਂ ਦਾ ਯੋਗ ਬਣਦਾ ਨਜ਼ਰ ਆ ਰਿਹਾ ਹੈ। ਭਾਵੇਂ ਛੋਟੀ ਸੰਤਾਨ ਹੈ, ਵੱਡੀ ਸੰਤਾਨ ਹੈ। ਛੋਟੀ ਸੰਤਾਨ 17-18 ਸਾਲ ਤੋਂ ਘੱਟ ਉਮਰ ਵਾਲੇ, ਵੱਡੀ ਸੰਤਾਨ 18 ਸਾਲ ਤੋਂ ਉੱਪਰ।
ਤੁਸੀਂ ਬੱਚਿਆਂ ਦੇ ਉੱਪਰ ਸਤੰਬਰ ਦੇ ਮਹੀਨੇ ਵਿੱਚ ਥੋੜ੍ਹਾ ਜਿਹਾ ਵਿਸ਼ਵਾਸ ਨਹੀਂ ਰੱਖਣਾ ਹੈ। ਸਕੂਲ ਜਾਂਦੇ ਹੈ ਤਾਂ ਉਹ ਵੀ ਕਿਸੇ ਵਿਅਕਤੀ ਤੋਂ ਜਾਂ ਕਿਸੇ ਵੀ ਮਨੁੱਖ ਤੋਂ ਤੁਸੀਂ ਕਨਫਰਮੇਸ਼ਨ ਜ਼ਰੂਰ ਕਰਵਾਉਣਾ ਹੈ। ਇਸ ਦੇ ਨਾਲ ਨਾਲ ਪੜ੍ਹਾਈ ਦੇ ਉੱਤੇ ਵੀ ਉਹਨਾਂ ਦਾ ਫੋਕਸ ਨਹੀਂ ਰਹਿਣ ਵਾਲਾ ਹੈ। ਇਸ ਦੇ ਨਾਲ ਨਾਲ ਆਪਣੇ ਸੰਤਾਨ ਦਾ ਤੁਸੀਂ ਟਿਊਸ਼ਨ ਵੀ ਸ਼ਾਇਦ ਚੇਂਜ ਕਰਵਾਉਣ ਵਾਲੇ ਹੋ, ਇਸ ਤਰ੍ਹਾਂ ਦਾ ਵੀ ਯੋਗ ਬਣਦਾ ਨਜ਼ਰ ਆ ਰਿਹਾ ਹੈ। ਬਸ ਇਸ ਗੱਲ ਨੂੰ ਯਾਦ ਰੱਖਣਾ ਹੈ ਕਿ ਸਤੰਬਰ ਦੇ ਮਹੀਨੇ ਵਿੱਚ ਤੁਸੀਂ ਆਪਣੇ ਬੱਚਿਆਂ ਦਾ ਵੱਡੇ ਹੋਣ ਛੋਟੇ ਹੋਣ ਵਿਸ਼ਵਾਸ ਨਹੀਂ ਕਰਨਾ ਹੈ। ਕਨਫਰਮੇਸ਼ਨ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਕਿਧਰੇ ਭੇਜਣਾ ਹੈ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਮੀਨ ਰਾਸ਼ੀ ਵਾਲੇ ਸਟੂਡੈਂਟਸ ਵਿਦਿਆਰਥੀਆਂ ਦੇ ਬਾਰੇ ਵਿੱਚ, ਉਹਨਾਂ ਦਾ ਸਤੰਬਰ ਦਾ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ। ਤਾਂ ਸਟੂਡੈਂਟਸ ਵਿਦਿਆਰਥੀਆਂ ਨੂੰ ਮੈਂ ਦੱਸ ਦੇਵਾਂ, ਸਤੰਬਰ ਦੇ ਮਹੀਨੇ ਵਿੱਚ ਤੁਹਾਨੂੰ ਦੋ ਲਾਭ ਤਾਂ ਇੱਕ ਹਾਨੀ ਨੁਕਸਾਨ ਹੋਣ ਵਾਲਾ ਹੈ। ਪਹਿਲੇ ਨੰਬਰ ਤੇ ਤਾਂ ਤੁਹਾਡੇ ਮਾਤਾ ਪਿਤਾ ਤੁਹਾਨੂੰ ਕੋਈ ਭੌਤਿਕ ਵਸਤੂ ਭੌਤਿਕ ਕੋਈ ਚੀਜ਼ ਲੈ ਕੇ ਦੇਣ ਵਾਲੇ ਹਨ। ਦੂਸਰਾ, ਜਦੋਂ ਵੀ ਵਿਦਿਆਰਥੀ ਲੋਕਾਂ ਨੇ ਕੋਈ ਵੀ ਆਨਲਾਈਨ ਟ੍ਰਾਂਜੈਕਸ਼ਨ ਕਰਨਾ ਹੈ ਤਾਂ ਬੜੇ ਹੀ ਧਿਆਨ ਨਾਲ ਕਰਨਾ ਹੈ, ਬੜਾ ਹੀ ਚੈੱਕ ਕਰਕੇ ਕਰਨਾ ਹੈ ਕਿ ਜਿਹੜੀ ਵੀ ਸੰਸਥਾ ਨੂੰ ਜਾਂ ਕਿਹੜੀ ਵੀ ਕੰਪਨੀ ਨੂੰ ਤੁਸੀਂ ਪੈਸਾ ਭੇਜ ਰਹੇ ਹੋ, ਪਹਿਲੇ ਉਹ ਕਨਫਰਮੇਸ਼ਨ ਲਓ ਕਿ ਉਹ ਠੀਕ ਲੋਕ ਹਨ, ਇਹ ਨਾ ਹੋਵੇ ਕਿ ਤੁਹਾਡੇ ਨਾਲ ਠੱਗੀ ਹੋ ਜਾਵੇ। ਤੀਸਰੇ ਨੰਬਰ ਤੇ, ਤੀਜਾ, ਤੁਹਾਡਾ ਕਰੀਅਰ ਦੇ ਲਈ ਸਤੰਬਰ ਦਾ ਮਹੀਨਾ ਬਹੁਤ ਅੱਛਾ ਹੈ। ਕੋਈ ਵੀ ਰਿਜ਼ਲਟ ਜੋਬ ਇੰਟਰਵਿਊ ਹੈ ਤਾਂ ਪੋਜ਼ਿਟਿਵ ਰਿਜ਼ਲਟ ਮਿਲਦਾ ਨਜ਼ਰ ਆਏਗਾ। ਹੁਣ ਗੱਲ ਕਰ ਲੈਂਦੇ ਹਾਂ ਮੀਨ ਰਾਸ਼ੀ ਵਾਲਿਆਂ ਦੀ, ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਦਾ ਸਤੰਬਰ ਦਾ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ। ਤਾਂ ਮੀਨ ਰਾਸ਼ੀ ਵਾਲੇ ਨੌਕਰੀ ਕਰਨ ਵਾਲੇ, ਬਹੁਤ ਅੱਛਾ ਹੈ ਤੁਹਾਡਾ ਸਤੰਬਰ ਦਾ ਮਹੀਨਾ, ਮਾਨ ਸਨਮਾਨ ਮਿਲੇਗਾ, ਪੋਸਟ ਤੁਹਾਡੀ ਵੱਧ ਸਕਦੀ ਹੈ, ਅੱਛੀ ਸੇਲ ਹੋਏਗੀ। ਕੋਈ ਵੀ ਤੁਸੀਂ ਆਪਣੀ ਗੱਲ ਜੇ ਆਫਿਸ ਦੇ ਵਿੱਚ ਰੱਖੀ ਹੋਈ ਹੈ ਉਹ ਸਤੰਬਰ ਦੇ ਮਹੀਨੇ ਵਿੱਚ ਮੰਦੀ ਨਜ਼ਰ ਆਏਗੀ ਇਸ ਮਹੀਨੇ, ਸਤੰਬਰ ਦੇ ਮਹੀਨੇ। ਇਸ ਦੇ ਇਲਾਵਾ ਆਪਣੇ ਕਰਮਚਾਰੀਆਂ ਨਾਲ, ਆਪਣੇ ਕੋਲੀਗ ਨਾਲ ਕਿਧਰੇ ਘੁੰਮਣ ਜਾਣ ਦਾ ਵੀ ਤੁਸੀਂ ਪ੍ਰੋਗਰਾਮ ਬਣਾ ਸਕਦੇ ਹੋ। ਹੁਣ ਗੱਲ ਕਰ ਲੈਂਦੇ ਹਾਂ ਮੀਨ ਰਾਸ਼ੀ ਵਾਲਿਆਂ ਦੇ ਹਸਬੈਂਡ ਵਾਈਫ ਜਾਂ ਪ੍ਰੇਮੀ ਪ੍ਰੇਮਿਕਾ ਜੋ ਵੀ ਹੈ, ਦੋਨਾਂ ਦਾ ਲਵ ਰਿਲੇਸ਼ਨਸ਼ਿਪ ਦੇ ਬਾਰੇ ਗੱਲ ਕਰ ਰਹੀ ਹਾਂ। ਤਾਂ ਭਾਵੇਂ ਤੁਸੀਂ ਲਵ ਪਾਰਟਨਰ ਹੋ ਜਾਂ ਹਸਬੈਂਡ ਵਾਈਫ ਹੋ, ਤਾਂ ਤੁਹਾਡੇ ਪਾਰਟਨਰ ਨੂੰ ਐਲਰਜੀ ਦੀ ਸਮੱਸਿਆ, ਯੂਰੀਨ ਇਨਫੈਕਸ਼ਨ ਸਤੰਬਰ ਦੇ ਮਹੀਨੇ ਵਿੱਚ ਰਹਿ ਸਕਦਾ ਹੈ। ਦੂਜਾ, ਤੁਹਾਡਾ ਪਾਰਟਨਰ ਕਰੀਅਰ ਸੰਬੰਧੀ ਤੁਹਾਨੂੰ ਕੋਈ ਖੁਸ਼ਖਬਰੀ ਸਤੰਬਰ ਦੇ ਮਹੀਨੇ ਜ਼ਰੂਰ ਦੇਗਾ। ਤੀਜੇ ਨੰਬਰ ਤੇ, ਤੁਹਾਡੇ ਪਾਰਟਨਰ ਨੂੰ ਤੁਹਾਡੇ ਵੱਲੋਂ ਜਾਂ ਉਹਨਾਂ ਦੇ ਪੇਰੈਂਟਸ ਮਾਤਾ ਪਿਤਾ ਵੱਲੋਂ ਕੋਈ ਗਿਫਟ ਉਹਨਾਂ ਨੂੰ ਮਿਲ ਸਕਦਾ ਹੈ। ਹੁਣ ਗੱਲ ਕਰ ਲੈਂਦੇ ਹਾਂ ਵਪਾਰੀਆਂ ਦੀ ਮੀਨ ਰਾਸ਼ੀ ਵਾਲੇ, ਜਿਨ੍ਹਾਂ ਦੀ ਆਪਣੀ ਦੁਕਾਨ ਹੈ, ਸ਼ੋਰੂਮ ਹੈ, ਫੈਕਟਰੀ ਹੈ। ਤਾਂ ਦੇਖੋ ਜੀ, ਤੁਹਾਡਾ ਜਿਹੜਾ ਸਤੰਬਰ ਦਾ ਮਹੀਨਾ ਹੈ ਮਿਲਿਆ ਜੁਲਿਆ ਰਹੇਗਾ। 1 ਤਰੀਕ ਤੋਂ ਲੈ ਕੇ 17 ਸਤੰਬਰ ਤੱਕ ਤੁਹਾਡੇ ਵਪਾਰ ਵਿੱਚ ਤੇਜ਼ੀ ਨਜ਼ਰ ਆਏਗੀ। ਜੋ ਤੁਹਾਡੇ ਅੰਡਰ ਕੰਮ ਕਰਦੇ ਹਨ ਉਹਨਾਂ ਦੀ ਅੱਛੀ ਪਰਫਾਰਮੈਂਸ ਦੇ ਕਾਰਨ, ਉਹ ਅੱਛੇ ਕੰਮ ਦੇ ਕਾਰਨ ਤੁਹਾਡੇ ਵਪਾਰ ਵਿੱਚ ਤੇਜ਼ੀ ਨਜ਼ਰ ਆਏਗੀ। 18 ਤਰੀਕ ਤੋਂ ਬਾਅਦ ਤੁਹਾਡੇ ਵਪਾਰ ਵਿੱਚ ਥੋੜ੍ਹੀ ਮੰਦੀ ਨਜ਼ਰ ਆ ਰਹੀ ਹੈ, ਯਾਨੀ ਕਿ ਦੋ ਭਾਗਾਂ ਵਿੱਚ ਤੁਹਾਡਾ ਵਪਾਰ ਸਤੰਬਰ ਦੇ ਮਹੀਨੇ ਵਿੱਚ ਵੰਡਿਆ ਗਿਆ ਹੈ। ਇਸ ਤਰ੍ਹਾਂ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ। ਹੁਣ ਆਖਿਰ ਵਿੱਚ ਮੀਨ ਰਾਸ਼ੀ ਵਾਲਿਆਂ ਨੂੰ ਮੈਂ ਕੁਝ ਐਸੀਆਂ 3 ਚੀਜ਼ਾਂ ਦੱਸਣ ਵਾਲੀ ਹਾਂ ਜੋ ਗ੍ਰਹਿ ਗੋਚਰ ਦੇ ਅਕੋਰਡਿੰਗ ਜੇ ਦੇਖਿਆ ਜਾਵੇ ਤਾਂ ਇਹ ਹੋ ਕੇ ਹੀ ਰਹਿਣਗੀਆਂ। ਨੰਬਰ 1 ਤੇ, ਤੁਹਾਡਾ ਮਨ ਸਤੰਬਰ ਦੇ ਮਹੀਨੇ ਵਿੱਚ ਅਸ਼ਾਂਤ ਰਹਿਣ ਵਾਲਾ ਹੈ। ਤੁਹਾਡੇ ਆਪਣੇ ਹੀ ਤੁਹਾਡਾ ਦਿਲ ਦੁਖਾ ਸਕਦੇ ਹਨ, ਤੁਹਾਡੇ ਆਪਣੇ ਹੀ ਤੁਹਾਡੇ ਕੰਮ ਨਹੀਂ ਆਉਣਗੇ, ਤੁਹਾਡੇ ਆਪਣਿਆਂ ਨਾਲ ਹੀ ਵਾਦ ਵਿਵਾਦ ਹੋ ਸਕਦਾ ਹੈ ਸਤੰਬਰ ਦੇ ਮਹੀਨੇ ਵਿੱਚ। ਦੂਸਰਾ, ਜੇ ਦੇਖੋ ਤਾਂ ਪੰਚਮ ਭਾਵ ਵਿੱਚ ਬੁੱਧ ਬੈਠਾ ਹੋਇਆ ਹੈ, ਤਾਂ ਸੱਟਾ ਜਾਂ ਸ਼ੇਅਰ ਮਾਰਕੀਟ ਜਾਂ ਤੁਸੀਂ ਖੇਡਦੇ ਹੋ ਤਾਂ ਸਤੰਬਰ ਦੇ ਮਹੀਨੇ ਵਿੱਚ ਬਿਲਕੁਲ ਆਪਣੀ ਕਿਸਮਤ ਨਾ ਅਜਮਾਣਾ, ਕਿਉਂਕਿ ਉਹਦੇ ਵਿੱਚ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ।
ਤੀਜਾ ਸ਼ਨੀ ਵਕਰੀ ਹੋਣ ਦੇ ਕਾਰਨ ਵਿਦੇਸ਼ ਤੋਂ ਤੁਹਾਨੂੰ ਤੁਸੀਂ ਕੁਝ ਅਪਲਾਈ ਕੀਤਾ ਹੋਇਆ ਹੈ ਤਾਂ ਤੁਹਾਨੂੰ ਬੈਡ ਨਿਊਜ਼ ਮਿਲ ਸਕਦੀ ਹੈ। ਵਿਦੇਸ਼ੀ ਕੰਮ ਤੁਹਾਡਾ ਜਿਹੜਾ ਤੁਸੀਂ ਜੇ ਕਰਦੇ ਹੋ ਇੰਪੋਰਟ ਐਕਸਪੋਰਟ ਦਾ ਤਾਂ ਉਹਦੇ ਵਿੱਚ ਵੀ ਤੁਹਾਨੂੰ ਬੈਡ ਨਿਊਜ਼ ਜਾਂ ਅਸਫਲਤਾ ਮਿਲ ਸਕਦੀ ਹੈ। ਤੇ ਚਲੋ ਜੀ, ਐਸੀ ਮੀਨ ਰਾਸ਼ੀ ਵਾਲਿਆਂ ਦਾ ਸੈਪਟੈਂਬਰ ਦਾ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ ਉਹਦੀ ਪੂਰੀ ਜਾਣਕਾਰੀ। ਜੇਕਰ ਤੁਹਾਨੂੰ ਮੇਰੀ ਜਾਣਕਾਰੀ ਚੰਗੀ ਲੱਗੀ ਹੈ, ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ। ਤੇ ਚਲੋ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।